ਦੋ ਬਦਤਮੀਜ਼ ਜਿਹੜੇ ਹੈਗੇ ਆ ਇਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਤੇ ਏਡੇ ਮਤਲਬ ਓਏ ਤੇਰਾ ਰੌਲਾ ਕੀ ਹੈ ਦੁਨੀਆ ਲਿਆਓ ਜੀ ਪਹਿਲਾਂ ਮੈਨੂੰ ਚਾਬੀ ਦਿਓ ਮੈਂ ਕੂੜਾ ਚੱਕ ਲਿਆ ਅੰਦਰ ਵਾਹ ਜੀ ਵਾਹ ਤੂੰ ਚਾਬੀ ਤੇ ਚੱਲਣਾ ਪੁੱਤਰ ਚਾਬੀ ਨਹੀਂ ਜੀ ਅੰਦਰ ਜਿਹੜਾ ਜੇਲ੍ਹ 'ਚ ਕੂੜਾ ਪਿਆ ਤੂੰ ਜੇਲ੍ਹ 'ਚੋਂ ਕੂੜਾ ਚੁੱਕਣਾ ਕਿਉਂ ਜੀ ਤੁਸੀਂ ਚੱਕਣਾ ਓਏ ਉਹ ਉਹ ਥੋੜਾ ਤਮੀਜ਼ ਨਾਲ ਇਹ ਤੁਹਾਨੂੰ ਇਹੀ ਲੈ ਰਿਹਾ ਹੈ ਕਿਸੇ ਲੀਕ ਹੋਏ ਡਸਟਬਿਨ ਵਰਗਾ ਮੂੰਹ ਆ ਉਹ ਤੇਰਾ ਉਹ ਤੈਨੂੰ ਮੈਂ ਦੱਸਾਂ ਤਮੀਜ਼ ਨਾਲ ਰਹਿ ਥੋੜਾ ਜਿਹਾ ਕੂੜਾ ਲੈਣਾ ਹੈ ਨਾ ਹਾਂਜੀ ਹਾਂਜੀ ਕੂੜਾ ਲੈਣਾ ਹੈ ਹਾਂਜੀ ਜਾਏ ਅੱਛਾ ਮੇਰੀ ਗੱਲ ਸੁਣੋ ਜਾ ਜਾਂਦੀ ਨਹੀਂ ਚਲ ਆਓ ਜੀ ਸਾਲ ਹੋ ਗਿਆ ਇੱਥੇ ਕੰਮ ਕਰਦੇ ਨੂੰ ਮੈਨੂੰ ਪੈਸੇ ਚਾਹੀਦੇ ਥੋੜੇ ਜਿਹੇ ਚਾਹੀਦਾ ਪੈਸੇ ਚਾਹੀਦੇ ਥੋੜੇ ਜੇ ਪੁੱਤਰ ਜਿੱਦਾਂ ਦਾ ਤੇਰਾ ਮੂੰਹ ਹੋਣਾ ਗਾਰਾ ਸ਼ੇਕ ਪੀਏ ਕਰ ਇੱਕ ਅੱਧਾ ਕੇਲਾ ਬੁਲਾ ਲਿਆ ਕਰ ਟੇਸਟ ਵਾਸਤੇ ਪਰ ਬਾਕੀ ਤੈਨੂੰ ਸੂਟ ਉਹੀ ਕਰਨਾ ਉੱਪਰ ਚੈਰੀ ਪਾ ਲੈ ਉਹ ਪੈਸੇ ਮੰਗਣ ਆ ਗਏ ਸਾਡੇ ਕੋਲੋਂ ਸਰ ਜਿਹਨਾਂ ਦੇ ਅਗਲੇ ਰੁਕੇ ਹੋਏ ਸਰ ਤੁਸੀਂ ਜੌਬ ਕਰਦੇ ਹੋ ਨਾ ਹੈ ਤੁਸੀਂ ਜੌਬ ਕਰਦੇ ਹੋ ਬਿਲਕੁਲ ਕਰਦੇ ਸਰ ਮੇਰੀ ਵੀ ਕਰਦੇ ਕੰਮ ਕਰਦੇ ਹਾਂ ਹਾਂ ਪੈਸੇ ਲੈਣੇ ਸਰਕਾਰ ਤੋਂ ਹਾਂ ਮੈਂ ਵੀ ਆਪਣੀ ਸਰਕਾਰ ਤੋਂ ਪੈਸੇ ਲੈਣਾ ਹੈ ਜੀ ਪੈਸੇ ਦਿਓ ਮੈਨੂੰ ਗੱਲ ਕੀ ਹੈ ਸਰਕਾਰ ਬਹੁਤ ਅੱਛੇ ਓ ਹਾਂਜੀ ਸਰਕਾਰ ਟੁੱਟੀ ਕਾਰ ਵਰਗਾ ਤੇਰਾ ਮੂੰਹ ਹੈ ਸਰਕਾਰ ਸਰਕਾਰ ਕਰਨ ਦੀ ਹੈ ਮੈਨੂੰ ਸੌਰੀ ਸਰਕਾਰ ਉਹ ਬੇਟਾ ਸਰਕਾਰ 'ਚ ਮੈਂ ਨਹੀਂ ਆ ਸਰਕਾਰਾਂ ਉੱਤੋਂ ਚੱਲ ਰਹੀਆਂ ਉਹ ਸਾਨੂੰ ਸਿਰਫ ਆਰਡਰ ਹੁੰਦੇ ਆ ਮੈਂ ਆਰਡਰ ਆ ਸਰ ਵੈਸੇ ਗੁੱਸਾ ਨਾ ਕਰੋ ਜਿਹੜੀ ਪਿੱਛੋਂ ਵਾਰੀ ਮਾਰੀ ਨਹੀਂ ਨਹੀਂ ਪਿੱਛੋਂ ਨਹੀਂ ਅੱਗੋਂ ਹੀ ਕਹਿਣ ਲੱਗਾ ਸੀ ਕੋਈ ਅੱਛਾ ਗੋਦ ਮਾਰ ਲਵਾ ਜੀ ਜਿਹੜੀ ਸਕੈਂਟ ਵਾਲੀ ਸੂਈ ਨਹੀਂ ਉਹਦੇ ਵਰਗਾ ਮੂੰਹ ਆ ਭੈਣ ਜੀ ਦਾ ਇਸ ਗੱਲੋਂ ਵੀ ਤੁਹਾਨੂੰ ਮੈਂ ਕੋਸ਼ਿਸ਼ ਕਰੂੰਗੀ ਸੌਰੀ ਅਵਾਰਡ ਦੇਣ ਨਹੀਂ ਨਹੀਂ ਇਸ ਵਾਰੀ ਤੁਹਾਨੂੰ ਮੈਂ ਅੰਦਰ ਵੜ ਕੇ ਕੁੱਟਣਾ ਲਓ ਜੀ ਹਾਲਾਂਕਿ ਕੁੱਟਿਆ ਨੂੰ ਬਾਹਰ ਵੀ ਜਾ ਸਕਦਾ ਪਰ ਤੇਰੀ ਕੋਈ ਗੱਲ ਹੋਣੀ ਹੈ ਤੂੰ ਸ਼ਾਇਦ ਅਵਾਰਡ ਦੀ ਗੱਲ ਹੈ ਨਾ ਅਵਾਰਡ ਕੀ ਕੁੱਟਣਾ ਸਿਰ ਇਸ ਵਾਰੀ ਵਾਹ ਜੀ ਵਾਹ ਉਹ ਤੈਨੂੰ ਕੀ ਹੋਣ ਡਿਆ ਓਏ ਤੂੰ ਕੀ ਨਾਨਾ ਪਾਟੇਕਰ ਬਣਿਆ ਸਿਰ ਬੋਲੀ ਰਹਿ ਗਈ ਸੀ ਮੇਰੀ ਹੈ ਬੋਲੀ ਰਹਿ ਗਈ ਸੀ ਚਲੋ ਲਗਾਓ ਬੋਲੀ ਹਾਂਜੀ ਸਰ ਬਾਰੀ ਬਰਸੀ ਕਰਨ ਗਈ ਸੀ ਬਾਰੀ ਬਰਸੀ ਕਰਨ ਗਈ ਸੀ ਖੱਟ ਕੇ ਲਿਆਂਦਾ ਕਿਉਂ ਇਹ ਤਾਂ ਪਾ ਤੇ ਦਿੱਤੀ ਪੂਰੀ ਨਹੀਂ ਹੋਈ ਸੀ ਸਰ ਬੋਲੀ ਤੂੰ ਭਾਵੇਂ ਨੱਚੇ ਤੇਰਾ ਪਿਓ ਲਓ ਜੀ ਪੂਰੀ ਹੋ ਗਈ ਬਾਰੀ ਬਰਸੀ ਕਰਨ ਗਈ ਸੀ ਖੱਟ ਕੇ ਲਿਆਂਦਾ ਕਾਂ ਮੇਰਾ ਪਿਓ ਨੱਚੇ ਨਾਲ ਨੱਚੇ ਤੇਰੀ ਮਾਂ ਯਾਰ ਮੈਂ ਤਾਂ ਨਹੀਂ ਸਿੰਘ ਨੂੰ ਮਾਂ ਦੀ ਗੱਲ ਕੀਤੀ ਹੈ ਮੈਂ ਤਾਂ ਸਿੱਧ ਉਹਨਾਂ ਦਾ ਸਟੈਪ ਨਹੀਂ ਮਿਲਨੇ ਆਪਸ 'ਚ ਕਿਉਂਕਿ ਤੇਰਾ ਉਹ ਠੀਕ ਨਹੀਂ ਰਹਿੰਦਾ ਇਹਦਾ ਪਿਓ ਉਹ ਥੋੜ੍ਹਾ ਇੰਜ ਇੰਜ ਕਰਦਾ ਤੇ ਉਹ ਕੱਪੜਾ ਡਾਂਸ ਹੋਣਾ ਨਹੀਂ ਫਿਰ ਉਹ ਬਾਰੀ ਬਰਸੀ ਕਰਨ ਗਈ ਸੀ ਬਾਰੀ ਬਰਸੀ ਕਰਨ ਗਈ ਸੀ ਖੱਟ ਕੇ ਲਿਆਂਦਾ ਕਿਉਂ ਜਦੋਂ ਕਿਸੇ ਰਾਂ ਉੱਤੇ ਕਦੇ ਕਿਤੇ ਡੋਲਾ ਵਾਹ 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 ਮੇਰਾ ਲੜ ਫੜ ਲਿਓ ਨਿੱਕੇ ਨਿੱਕੇ ਖਵਾਬ ਮੇਰੀ ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ ਨਿੱਕੇ ਨਿੱਕੇ ਖਵਾਬ ਮੇਰੀ ਬੇਬੇ ਜੀ ਦੇ ਬਾਬਾ ਜੀ ਪੂਰੇ ਕਰ ਦਿਓ ਵਾਹ ਵਾਹ ਇਹ ਤੂੰ ਉਹ ਸੁਣਾਇਆ ਜਦੋਂ ਸੁਖਦੇਵ ਜੀ ਨੇ ਤੈਨੂੰ ਕਿਹਾ ਸੀਗਾ ਕਿ ਇੱਕ ਮਾਂ ਦੇ ਉੱਤੇ ਗਾਣਾ ਸੁਣਾਉਣਾ ਤੇ ਉਹ ਸਰ ਵਾਹ ਵਾਹ ਬਹੁਤ ਅੱਛੀ ਸੋਚ ਆ ਬੇਟਾ ਹਾਂਜੀ ਕੀ ਚਾਹੁੰਦਾ ਤੂੰ ਮੇਰੇ ਕੋਲ ਪੈਸੇ ਕਿਸ ਚੀਜ਼ ਦੇ ਲੈਣਾ ਆ ਉਹ ਦੱਸ ਜਨਾਬ ਇੱਥੋਂ ਨਾ ਤੇ ਮੈਂ ਗੰਦ ਲੈ ਕੇ ਜਾਣਾ ਝੱਕ ਕੇ ਯਾਰ ਆਪ ਹੀ ਅੰਨਾ ਆਪ ਚੱਲ ਜਾਣਾ ਅਸੀਂ ਤੈਨੂੰ ਕੀ ਕਿਹਾ ਮੇਰਾ ਮਤਲਬ ਦਾ ਕੂੜਾ ਸਫਾਈ ਕਰਕੇ ਜਾਣਾ ਜੀ ਇੱਥੇ ਮੈਂ ਸਫਾਈ ਕਰਕੇ ਜਾਣਾ ਜੀ ਸਫਾਈ ਵਾਲਾ ਨੂੰ ਹਾਂ ਹਾਂ ਐਵੇਂ ਤੈਨੂੰ ਦੁੰਦਾ ਇਦਾਂ ਹੀ ਸਮਝਿਆ ਅੱਛਾ ਤੇ ਹਾਂ ਸਰ ਤੁਹਾਨੂੰ ਪਤਾ ਉਹ ਗੱਲ ਜਿਹੜੀ ਜੋ ਡਰ ਗਿਆ ਸੋ ਮਰ ਗਿਆ ਕਿੱਦਾਂ ਬਣੀ ਆ ਨਹੀਂ ਮੈਨੂੰ ਨਹੀਂ ਪਤਾ ਹਾਏ ਸਰ ਇੱਕ ਵਾਰੀ ਪਤਾ ਕੀ ਹੋਇਆ ਜਿਹੜਾ ਜੋ ਤੇ ਸੋ ਨਾਂ ਦੇ ਦੋ ਬੰਦੇ ਸੀਗੇ ਅੱਛਾ ਸਰ ਜੋ ਨੇ ਨਾ ਭੂਤ ਦੇਖ ਲਿਆ ਅੱਛਾ ਹਾਏ ਸਰ ਉਹ ਡਰ ਗਿਆ ਉਹਨੇ ਜਲਦੀ ਜਲਦੀ ਸੋ ਨੂੰ ਬੁਲਾਇਆ ਕਹਿੰਦਾ ਗੱਲ ਸੁਣ ਉਹ ਦੇਖ ਭੂਤ ਸਰ ਸੋ ਨੇ ਦੇਖਿਆ ਉੱਥੇ ਮਰ ਗਿਆ ਸਰ ਫਿਰ ਉਦੋਂ ਗੱਲ ਬਣੀ ਜੋ ਡਰ ਗਿਆ ਸੋ ਮਰ ਗਿਆ ਇਹ 4 ਦਿਨ ਚ ਤੂੰ ਆਹ ਗੱਲ ਬਣਾਈ ਕਿੰਨਾ ਟਾਈਮ ਲਾਇਆ ਇਹ ਇੱਥੇ ਸਰ ਕੀ ਕਹਿੰਦੇ ਬਸ ਤੁਸੀਂ ਉਹਨਾਂ ਨੂੰ ਗੱਲ ਕੂੜੇ ਦੇ ਟਰੱਕ ਦੀ ਗੱਲ ਕਰਦੇ ਪਏ ਸੀ ਸਰਕਾਰੀ ਕੰਮ ਮਿਲਿਆ ਇਹਨੂੰ 4 ਟਰੱਕ ਮਿਲੇ 15 ਸੂਰ ਸੀ 4 ਕੁੱਤੇ ਸੀ ਪਤਾ ਨਹੀਂ ਹੋਰ ਕੀ ਕੀ ਸੀ ਨਾਲ ਹਾਂਜੀ ਹਾਂਜੀ ਔਰ ਉਸੇ ਜਿਹੜੀ ਟਰਾਲੀ ਦੇ ਨਾਲ ਨਿੱਕੀ ਬਾਂਦਰੀ ਸੀ ਉਹਦੇ ਵਰਗਾ ਮੂੰਹ ਆ ਤੁਹਾਡਾ ਕੀ ਜੈਂਡਰ ਦਾ ਕੋਈ ਡਿਫਰੈਂਸ ਰੱਖਿਆ ਕਰੋ ਮੈਨੂੰ ਕੋਈ ਨਹੀਂ ਜੈਂਡਰ ਦਾ ਕੋਈ ਨਹੀਂ ਮੈਨੂੰ ਕੋਈ ਡਿਫਰੈਂਸ ਨਹੀਂ ਲੱਗ ਰਿਹਾ ਬਾਂਦਰ ਕਹਿ ਲਓ ਜੀ ਹਾਂ ਮੇਲ ਚ ਕਹੋ ਨਾ ਕੋਈ ਚੀਜ਼ ਮੈਨੂੰ ਤਾਂ ਫੀਮੇਲ ਤੈਨੂੰ ਕੀ ਕਹਿੰਦੀ ਹੈ ਸੇਮ ਹੀ ਹੈ ਸੂਟ ਨਹੀਂ ਕਰਦਾ ਜੀ ਸਾਡੀ ਸਕਿਨ ਨੂੰ ਸਰ ਤੁਹਾਡੀ ਈਮੇਲ ਆਈਡੀ ਦਿੱਤੀ ਸਰ WhatsApp ਕਰ ਦਿਓ WhatsApp ਤੇ ਕਹਿ ਦਿਓ ਹਾਂ ਉਹ ਕਰ ਦਿੰਨੇ ਤੈਨੂੰ @gmail.com ਵਰਗਾ ਤੁਹਾਡਾ ਮੂੰਹ ਹੈ ਈਮੇਲ ਦੀ ਗੱਲ ਕਰਨੀ ਹੈ ਸਰ ਮੈਂ ਸੋਚ ਰਿਹਾ ਕੂੜਾ ਲੈ ਹੀ ਜਾਵਾਂ ਅੱਜ ਚਲੋ ਆਓ ਭੈਣ ਜੀ
ਰੱਬ ਪੂਜੇ ਨੇ ਤੈਨ ਪਾਵਣ ਲਈ, ਰੱਬ ਪੂਜੇ ਨੇ ਤੇਰੇ ਆਵਣ ਲਈ, ਆਵਣ ਲਈ। ਪੁੱਤਰ ਤੇਰੇ ਵਰਗਾ ਕੋਰਸ ਵਾਲਾ ਹੋਵੇ ਨਾ ਜੀ ਤੇ ਸਿੰਗਰ ਫੀਲਡ ਹੀ ਛੱਡ ਦੇਵੇ। ਉਹ ਕਹਿੰਦੇ ਮੈਂ ਕੱਪੜਿਆਂ ਦੀ ਦੁਕਾਨ ਕਰ ਲੂੰਗਾ ਪਰ ਮੈਂ ਇਹ ਸਿੰਗਿੰਗ ਨਹੀਂ ਕਰਨੀ। ਇਹੋ ਜਿਹੇ ਮੂੰਹ ਸਾਫ਼ ਕਰ ਲਾ ਆਪਣਾ। ਸਰ ਜਿਹੜੇ ਕੋਰਸ ਵਾਲਿਆਂ ਵਾਸਤੇ ਮਾਈਕ ਉੱਚਾ ਕਰਕੇ ਲਾਉਣਾ ਪੈਂਦਾ, ਇਹ ਤੇ ਢੋਲਕੀ ਵਾਲੇ ਕੋਲ ਸਾਈਡ ਤੇ ਗਾਲਾਂ ਕਰੂੰਗਾ ਖੜਾ ਕੇ। ਸਰ ਜਿੱਦਾਂ ਇਹਨਾਂ ਨੇ ਵਿੱਚ ਬੋਲਿਆ ਨਾ ਮੈਨੂੰ ਐਂ ਲੱਗਦਾ ਇਹਨਾਂ ਨੇ ਚੱਲਦੇ ਗਾਉਂਦੇ ਤੇ ਮੇਰਾ ਮਾਈਕ ਮੂੰਹ ਤੋਂ ਖੋਲਿਆ। ਵਾਹ ਵਾਹ ਬੇਟਾ, 100 ਦੇ ਇਕੱਠੇ ਨੋਟ ਵਰਗਾ ਮੂੰਹ ਆ ਤੇਰਾ ਪੁੱਤਰ। ਐ ਇਕੱਠਾ ਕਰ ਦੋ ਨਾ ਚਿੱਬਾ ਕਰ ਦੋ ਸੇਮ। ਚੱਲ ਦੱਸ ਕੀ ਕਰਨਾ। ਰੱਬ ਪੂਜੇ ਨੇ ਤੇਰੇ ਆਵਣ ਲਈ, ਰੱਬ ਪੂਜੇ ਨੇ ਤੈਨੂੰ ਪਾਵਣ ਲਈ, ਮੈਂ ਸੁੱਖਾ ਸੁਖੀਆਂ। ਮੈਂ ਸਰ ਇਹਨਾਂ ਨੂੰ ਕੋਈ ਨਾ ਬੋਲੋ ਜੀ, ਮੈਂ ਕੂੜਾ ਮਾਰਨਾ ਡੱਬਾ ਚੱਕ ਕੇ ਫਿਰ। ਓ ਯਾਰ ਪਤਾ ਕੀ ਆ, ਉਹਨਾਂ ਨੂੰ ਲੱਗਦਾ ਕਿ ਤੂੰ ਅੱਛਾ ਗਾਣਾ, ਚੱਲ ਅਸੀਂ ਵੀ ਸਹਿਯੋਗ ਦਈਏ ਥੋੜਾ ਜਿਹਾ, ਉਹ ਤਾਂ ਚੱਕਰ ਪੈ ਜਾਂਦਾ ਹਿਸਾਬ ਆਈਏ ਥੋੜਾ। ਉਹ ਚੱਲ ਉਹਨੂੰ ਪੂਜਣ ਦਿਓ ਯਾਰ, ਕਰਨ ਦਿਓ ਕਰਨ ਦਿਓ। ਰੱਬ ਪੂਜੇ ਨੇ ਤੇਰੇ ਆਵਣ ਲਈ, ਜੱਗ ਪੂਜੇ ਨੇ ਤੇਰੇ ਆਵਣ ਲਈ, ਮੈਂ ਸੁੱਖਾ ਸੁਖ ਕਿਹੜੇ। ਪਹਿਲਾਂ ਪਾਵਣ ਲਈ ਗਿਆ ਸੀ ਤੁਸੀਂ, ਹੁਣ ਦੋਨੇ ਰਿਆਵਣ ਆਵਣ ਕਰਦਾ। ਐ ਤਾਂ ਨਹੀਂ ਨਾ ਕਰ ਯਾਰ, ਫਿਰ ਬੰਦਾ ਇੱਕ ਰੱਖ। ਪਹਿਲੇ ਤੂੰ ਜੱਗ ਕਿਹੜਾ ਪੂਜਦਾ ਪਹਿਲੇ ਮੈਨੂੰ ਦੱਸੋ। ਹਾਂਜੀ ਉਸੇ ਜੱਗ ਦੇ ਟੁੱਟੇ ਕੁੰਡੇ ਵਰਗਾ ਮੂੰਹ ਆ ਪੁੱਤਰ ਤੇਰਾ, ਉਹ ਕਈ ਵਾਰ ਉੱਤੋਂ ਲੱਥ ਜਾਂਦਾ ਨਾ, ਕਿਉਂ ਤੂੰ ਇਦਾਂ ਕਰਨਾ ਮੈਨੂੰ ਦੱਸ। ਸਰ ਜੇ ਇਹ ਹੁਣ ਬੋਲੀ ਨਾ ਭੈਣ ਜੀ ਤੇ ਜੇ ਆਹ ਭਰਾ ਜੀ ਬੋਲੇ ਮੈਂ ਗਾਣਾ ਭੁੱਲ ਜਾਣਾ, ਤੇ ਜੇ ਪਿਓ ਬੋਲਿਆ ਵਿੱਚੋਂ। ਹਾਂਜੀ ਕੋਈ ਕਿਸੇ ਦਾ ਬਾਹਰੋਂ ਆ ਕੇ ਪਿਓ ਬੋਲ ਪਿਆ ਤੇ ਫਿਰ ਮੈਂ ਆਪਣੇ ਪਿਓ ਨੂੰ ਲਿਆਉਂਗਾ ਜੀ। ਸਾਡਾ ਪਿਓ ਕਿਤੇ ਦਿੱਲੀ ਗਿਆ। ਆਨੂੰ ਨਹੀਂ ਨਾ ਪਤਾ ਭਰਾਵਾ ਦਿੱਲੀ ਗਿਆ। ਹਾਂ ਅੱਛਾ ਅੱਛਾ। ਮੇਸਰੀ ਸਰ ਮੇਸਰੀ। ਕੌਣ ਆ ਮੇਸਰੀ? ਪਿਓ ਕਿਸੇ ਗਰੀਬ ਮਿਸਤਰੀ ਵਰਗਾ ਮੂੰਹ ਆ ਤੇਰਾ। ਕਿਸੇ ਗਰੀਬ ਮਿਸਤਰੀ ਦੀ ਉਹ ਜਿਹੜੀ ਹੁੰਦੀ ਨਹੀਂ ਉਹ ਸੀਮੈਂਟ ਨਾਲ ਕਾਂਡੀ ਕਾਂਡੀ ਉਹਦੇ ਵਰਗਾ ਮੂੰਹ ਉਹਦੇ ਵਰਗਾ। ਇਹਦਾ ਮਤਲਬ ਮੈਂ ਸਮਾਰਟ ਆ ਬਈ। ਥੈਂਕ ਯੂ ਯਾਰ, ਮੈਨੂੰ ਬਹੁਤ ਕੰਪਲੈਕਸ ਰਹਿੰਦਾ ਇਸ ਗੱਲ ਦਾ। ਹਾਂ ਹੁਣ ਦੱਸ। ਬਸ ਜੀ ਮੈਂ ਮੇਰੇ ਪੈਸੇ ਦਿਓ ਮੈਨੂੰ ਤੇ ਮੈਂ ਜਾਵਾਂ ਗਾਣਾ ਸੁਣਾਉਣ। ਪੁੱਛਣਾ ਤੂੰ? ਨਹੀਂ ਨਹੀਂ ਮੈਂ ਨਹੀਂ ਪੁੱਛਣਾ ਜੀ। ਹੁਣ ਤੂੰ ਇਹ ਚੁੱਕਿਆ ਕਿ ਰੱਖਿਆ? ਮੈਂ ਕੁਛ ਨਹੀਂ ਕੱਟਿਆ, ਮੇਰੀ ਉਂਗਲ ਅਪੜ ਦੇ ਕੱਟਿਆ ਗਿਆ ਜੀ। ਸਰ ਵੈਸੇ ਇੱਕ ਇਹੋ ਜਿਹਾ ਥਾਣਾ ਜਿੱਥੋਂ ਮੈਨੂੰ ਪੈਸੇ ਬਹੁਤ ਦੇਰ ਨਾਲ ਮਿਲਦੇ ਆ। ਅੱਛਾ ਹਾਂ, ਹੋਰ ਲੋਕਾਂ ਦੇ ਤੁਸੀਂ ਇਹਦਾ ਹਿਸਾਬ ਕਿਉਂ ਨਹੀਂ ਕਰਦੇ? ਸਰ ਇਹਦਾ ਕੀ ਤੁਹਾਡਾ ਕੀ ਹਿਸਾਬ? ਉਹ ਸਾਰੇ ਤਾਂ ਅਨਪੜ੍ਹ ਇੱਕ ਤੂੰ ਹਿਸਾਬ ਕਰ ਲਈ। ਹਾਂ ਤੂੰ ਬੜਾ ਤੇਰਾ ਪਾਇਥਾਗੋਰਸ ਥਿਊਰਮ ਵਰਗਾ ਮੂੰਹ ਆ ਨਾ ਤੇਰਾ, ਐਡਾ ਤੂੰ ਹਿਸਾਬ ਕਰ ਲੱਗਾ ਜੀ। ਮੈਨੂੰ ਪਤਾ ਸਾਲ ਹੋ ਗਿਆ ਮੈਨੂੰ ਇਹ ਗਿੱਧੇ ਕੁੱਟ ਚ ਭਾਤੀ ਹੋਈ ਆ। ਇਹਦੇ ਵਰਗੇ ਨਾ ਐਲਕੇਜੀ ਜੀ ਮੈਥ ਛੱਡ ਦਿੰਦੇ, ਮੈਨੂੰ ਸਮਝ ਨਹੀਂ ਆਣ ਡਿਆ। ਉਹ ਪੁੱਤਰ ਪਾੜ ਤੇ ਸਹੀ ਆ ਤੇ ਸ਼ੁਰੂਆਤ ਆ। ਓਈ ਮੈਂ ਮੈਨੂੰ ਬਾਲੀਆਂ ਗੱਲਾਂ ਨਹੀਂ ਕਰਨੀਆਂ ਆਉਂਦੀਆਂ, ਮੇਰੇ ਕਿੰਨੇ ਪੈਸੇ ਬੰਦੇ ਆ ਪੇਜ ਤਾਂ ਵੀ ਤੈਨੂੰ ਪੈਸੇ ਮਿਲਦੇ ਆ ਦੇਖ ਲੈ, ਤੈਨੂੰ ਗੱਲਾਂ ਵੀ ਨਹੀਂ ਆਉਂਦੀਆਂ। ਹਾਂ ਪੇਜ ਪੈਸੇ ਦਿੱਤੇ।